ਕਈ ਵਰਸ਼ਾਂ 'ਚ ਸਮਾਜਿਕ ਅਤੇ ਧਾਰਮਿਕ ਕਾਰਿਆਂ 'ਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੀ ਭਾਈ ਕਨ੍ਹੱਈਆ ਵਿਰੁੱਧ ਟਰੱਸਟ ਦੇ ਵੱਲੋਂ ਕਈ ਜੋੜਿਆਂ ਦਾ ਸਮੂਹਿਕ ਵਿਵਾਹ ਸੰਪੰਨ ਕੀਤਾ ਗਿਆ। ਟਰੱਸਟ ਦੇ ਮੁਖੀਆ ਬਾਬਾ ਬਲਵਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਪਿਛਲੇ ਲੰਬੇ ਸਮੇਂ ਤੋਂ ਗਰੀਬ ਪਰਿਵਾਰਾਂ ਤੋਂ ਜੁੜੇ ਲੜਕੇ ਅਤੇ ਲੜਕੀਆਂ ਦੀ ਸ਼ਾਦੀ ਕਰਵਾ ਰਹੀ ਹੈ। ਇਸ ਦੇ ਨਾਲ ਹੀ ਬਜ਼ੁਰਗਾਂ ਦੇ ਲਈ ਵਿਰੁੱਧ ਆਸ਼ਰਮ ਵੀ ਚਲਾਇਆ ਜਾ ਰਿਹਾ ਹੈ, ਜਿੱਥੇ ਆਪਣੇ ਘਰਾਂ ਨੂੰ ਛੱਡ ਕੇ ਆਏ ਕਈ ਬਜ਼ੁਰਗਾਂ ਨੂੰ ਹਰ ਪ੍ਰਕਾਰ ਦੀ ਸੁਵਿਧਾ ਦਿੱਤੀ ਜਾਂਦੀ ਹੈ। ਇਸ ਸਮੂਹਿਕ ਵਿਵਾਹ 'ਚ ਨਵ ਵਿਵਾਹਿਤਾ ਜੋੜਿਆਂ ਨੂੰ ਜ਼ਰੂਰੀ ਸਮਾਨ ਦਹੇਜ ਦੇ ਰੂਪ ਵਿੱਚ ਦਿੱਤਾ ਜਾਏਗਾ। ਧੀਆਂ ਨੂੰ ਉਹਨਾਂ ਦੇ ਸਿਰ 'ਤੇ ਹੱਥ ਰੱਖਾਂ, ਉਹਨਾਂ ਨੂੰ ਆਸ਼ੀਰਵਾਦ ਦੇਵਾਂ ਜਿਹੜੀਆਂ ਅੱਜ ਨਵਾਂ ਘਰ ਵਸਾਉਣ ਜਾ ਰਹੀਆਂ, ਉਹਨਾਂ ਬੇਟੀਆਂ ਨੂੰ, ਉਹਨਾਂ ਬੇਟਿਆਂ ਨੂੰ, ਉਹਨਾਂ ਦੇ ਪੇਰੈਂਟਸ ਨੂੰ ਵੀ ਮੇਰੀ ਅਪੀਲ ਆ ਕਿ ਸਾਨੂੰ ਲੋਭ ਲਾਲਚ ਤੋਂ ਉੱਪਰ ਉੱਠ ਕੇ ਇਹਨਾਂ ਧੀਆਂ ਨੂੰ ਆਪਣੀਆਂ ਧੀਆਂ ਵਾਂਗਰ ਆਪਣੇ ਘਰ 'ਚ ਰੱਖਣਾ ਚਾਹੀਦਾ। ਜੇ ਪੇਕਿਆਂ 'ਚੋਂ ਵੀ ਬੇਗਾਨੀ ਤੀ, ਉੱਥੇ ਵੀ ਬੇਗਾਨੀ ਤੀ, ਅਤੇ ਇਸ ਤਰ੍ਹਾਂ ਔਰਤ ਜਾਤ ਦਾ ਅਪਮਾਨ ਆ ਜਿਹੜਾ ਕਿ ਨਹੀਂ ਹੋਣਾ ਚਾਹੀਦਾ। ਜਿਹੜਾ ਇਹ ਉਪਰਾਲਾ ਕਰ ਰਹੇ ਨੇ ਮੇਰੇ ਵੀਰ ਬਾਬਾ ਜੀ ਬਲਵਿੰਦਰ ਸਿੰਘ, ਇਹਦੇ ਵਰਗਾ ਤਾਂ ਕੋਈ ਉਪਰਾਲਾ ਹੀ ਨਹੀਂ। ਤੁਸੀਂ ਪਿੰਡਾਂ 'ਚ ਜਾ ਕੇ ਵੇਖੋ ਕਿ ਇੰਨੇ ਜਿਹੜੇ ਬਜ਼ੁਰਗ ਆ ਨਾ, ਉਹ ਬਾਹਰ ਗਲੀਆਂ 'ਚ ਰਹਿੰਦੇ ਨੇ, ਉਹਨਾਂ ਨੂੰ ਘਰ ਵੜਨ ਦੀ ਆਗਿਆ ਹੀ ਨਹੀਂ ਆ। ਇਹ ਪ੍ਰਾਤਨ ਬਹੁਤ ਲੰਮੇ ਸਮੇਂ ਤੋਂ ਬਜ਼ੁਰਗਾਂ ਦੇ ਜਿਹੜੀ ਆ ਸੇਵਾ ਜਿਹੜੀ ਆ ਬਿਰਧ ਘਰ ਭਾਈ ਘਨੱਈਆ ਜੀ ਵੱਲੋਂ ਚਲਾਈ ਜਾ ਰਹੀ ਆ, ਜਿਹਦੇ ਵਿੱਚ ਸਾਡੇ ਕੋਲ ਕੋਈ 60-70 ਜਿਹੜੇ ਬਜ਼ੁਰਗ ਆ ਇਹ ਵੇਲੇ ਵੀ ਜਿਹੜੇ ਮੌਜੂਦ ਆ ਮਾਈਆਂ ਜਿਹਦੇ ਵਿੱਚ ਬਜ਼ੁਰਗ। ਇਹਦੇ ਤੋਂ ਇਲਾਵਾ ਹਰ ਸਾਲ 'ਚ ਇੱਕ ਜਾਂ ਦੋ ਵਾਰ ਜਿਹੜੇ ਆਨੰਦ ਕਾਰਜ ਜਿਹੜੇ ਆ ਗਰੀਬ ਪਰਿਵਾਰ ਲੜਕੀਆਂ ਦੇ, ਜ਼ਰੂਰਤਮੰਦ ਪਰਿਵਾਰਾਂ ਦੇ ਜਿਹੜੇ ਵਿਚਾਰੇ ਆਪਣੀਆਂ ਧੀਆਂ ਦਾ ਆਨੰਦ ਕਾਰਜ ਨਹੀਂ ਕਰ ਸਕਦੇ, ਇਹ ਵੇਲੇ ਸਮੂਹਿਕ ਆਨੰਦ ਕਾਰਜ ਘੱਟ ਤੋਂ ਘੱਟ ਜਿਹੜੇ ਜੀ ਵੀ 25 ਆਨੰਦ ਕਾਰਜ ਆ, 25 ਤੋਂ ਵੱਧ ਹੋਣੇ ਆ, ਕਿਉਂਕਿ ਅਗਲੇ ਜਿਹੜੇ ਮਾਰਚ ਅਪ੍ਰੈਲ ਦੇ ਵਿੱਚ 101 ਬੀਬੀ ਦਾ ਆਨੰਦ ਕਾਰਜ ਦਾ ਪ੍ਰੋਗਰਾਮ ਆ। ਇਹ ਕੋਈ ਪਿਛਲੇ ਕੋਈ 30 ਸਾਲ ਹੋ ਗਏ ਆ ਜੀ, ਮਹਾਰਾਜ ਸਤਿਗੁਰੂ ਪਹਿਲਾਂ ਮੇਰੇ ਬਜ਼ੁਰਗ, ਮੇਰੇ ਦਾਦੇ ਪੜਦਾਦੇ, ਨਾਨੇ ਨਾਨੀਆਂ, ਇਹ ਪੁਰਾਤਨ ਸਾਡੇ ਵਿਰਸੇ 'ਤੇ ਸਾਨੂੰ ਜਿਹੜੀ ਇਹ ਸੇਵਾ ਮਿਲੀ ਆ। ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।